ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਮੰਡਲ 'ਚ ਇੱਕ ਵਾਰ ਮੋੜ ਤੋਂ ਫੇਰ ਬਦਲ ਕੀਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤੇਰ ਕੋਲ ਮਾਈਨਿੰਗ ਤੇ ਜਲ ਸਰੋਤ ਵਿਭਾਗ ਵਾਪਸ ਲੈ ਕੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੂੰ ਦਿੱਤਾ ਗਿਆ ਜਦਕਿ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਮੁੱਖ ਮੰਤਰੀ ਨੇ ਆਪਣੇ ਕੋਲ ਰੱਖ ਲਏ ਜਿਸ ਨਾਲ ਮੁੱਖ ਮੰਤਰੀ ਕੋਲ ਹੁਣ 11 ਵਿਭਾਗ ਹੋ ਗਏ ਨੇ ਮੀਤੇਰ ਕੋਲ ਪਹਿਲਾਂ ਇਸ ਸਾਲ ਜਨਵਰੀ ਤੱਕ ਉੱਚ ਤੀ ਸਕੂਲ ਸਿੱਖਿਆ ਦਾ ਮਹਿਕਮਾ ਵੀ ਸੀ ਜੋ ਬਾਅਦ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਦੇ ਦਿੱਤਾ ਗਿਆ ਸੀ ਮੰਤਰੀਆਂ ਦੇ ਵਿਭਾਗਾਂ 'ਚ ਇਸ ਫੇਰ ਬਦਲ ਤੋਂ ਬਾਅਦ ਮੀਤ ਹੈਰ ਕੋਲ ਸਿਰਫ ਖੇਡਾਂ ਤੇ ਯੂਵ ਸੇਵਾ ਮੰਧੇ ਕੱਲਾ ਵਿਭਾਗ ਹੀ ਰਹਿ ਗਿਆ ਹੈ ਮੁੱਖ ਮੰਤਰੀ ਦੀ 20 ਮਹੀਨੇ ਪੁਰਾਣੀ ਕੈਬਨਿਟ ਵਿੱਚ ਚੌਥਾ ਫੇਰ ਵੀ ਫੇਰ ਬਦਲ ਹੈ ਪਹਿਲਾ ਫੇਰ ਬਦਲੇ ਇਸ ਸਾਲ 7 ਜਨਵਰੀ ਨੂੰ 15 ਮਾਰਚ ਨੂੰ ਤੀਜਾ 31 ਮਈ ਤੇ ਚੌਥਾ 20 ਦਿਨ ਕੀਤਾ ਗਿਆ ਹੈ